ਮੈਂ ਤਾਂ ਅੱਖਾਂ ਦਾ ਤਾਰੇ ਕੀ ਵੋਟ ਪਾਉਣਾ, ਮੇਰੇ ਅੱਖ ਨੇ ਵੋਟ ਪਾਉਣਾ ਕਿ ਜੇ ਉਹਦੇ ਵਿੱਚ ਮੈਂ ਜੰਮਣਾ, ਮੈਂ ਤਾਂ ਇਹਦੀ ਗੱਲ ਕਰਾਂ। ਫਿਰ ਕਾਂਗਰਸ ਕੀ ਵੋਟ ਪਾਉਣਾ, ਜਿਹੜੇ ਲੋਕ ਅੱਜ ਆਖਦੇ ਨੇ ਕਿ 70 ਸਾਲ ਚ ਕਾਂਗਰਸ ਨੇ ਕੀ ਕੀਤਾ। ਮੈਂ ਸਾਰੇ ਪਾਰਟੀ ਦੇ ਸੀਨੀਅਰ ਲੀਡਰ ਜਨਾਬ ਸੂਰਜ ਸਿੰਘ ਜੀ ਭਰਾਂ ਔਰ ਆਪਣੇ ਆਏ ਦੇ ਮਹਿਮਾਨੇ ਦਾ ਵੈਲਕਮ ਕਰਨ ਜਨਾਬ ਸੂਰਜ ਸਿੰਘ ਜੀ ਕੀਤਾ ਕਿ ਤੂੰ ਸਾਡੇ ਕੈਂਡੀਡੇਟ ਹੋ, ਅੱਜ ਚਾਹੁੰਦਾ ਕਿ ਤੂੰ ਦਿੱਲੀ ਦੇ ਅੰਦਰ ਜਾਈਏ ਬਹੁ, ਕਿਉਂਕਿ ਤੂੰ ਜਿੱਤ ਕੇ ਦਿੱਲੀ ਦੀ ਪਾਰਲੀਮੈਂਟ ਜਾਂਦਾ। ਇਸ ਵਾਸਤੇ ਫਿਰ ਮੇਰੀ ਵੀ ਇੱਜ਼ਤ ਦਾ ਸਵਾਲ ਹੈ, ਜਿਹੜਾ ਮੇਰੀ ਇੱਜ਼ਤ ਹੈ ਤੁਹਾਡੀ ਸਾਰਿਆਂ ਦੀ ਇੱਜ਼ਤ ਹੈ, ਅਗਰ ਜਰਾ ਵੀ ਫਰਕ ਪਵੇ ਤਾਂ ਮੁਸ਼ਕਲ ਹੋਈ ਜਾਂਦਾ ਅਗਲੀ ਇਲੈਕਸ਼ਨ ਉੱਪਰ ਵੀ ਇਹਦਾ ਅਸਰ ਜਾਣਾ। ਇਸ ਵਾਸਤੇ ਜਿਹੜੇ ਵੀ ਇੱਧਰ ਉੱਧਰ ਕਰਿਆ ਕੋਈ ਗੱਲ ਕਰਾਂ, ਹਾਂ ਕਿ ਕਈਆਂ ਕੀ ਜੀ ਅਜੇ ਅੱਜ ਤੇ ਮੋਦੀ ਦਾ ਨਸ਼ਾ ਹੈ, ਅਜੇ ਇਕਣਾ ਵੋਟ ਮੋਦੀ ਜੀ ਦਾ, ਅਗਲਾ ਵੋਟ ਤਾਰੇਗੀ ਫਾਇਦਾ ਨਹੀਂ ਇੱਕ ਔਰ ਅਗਰ ਕੁਦੇ ਭੱਲਾ ਸਾਹਿਬ ਵੀ ਦੱਸਣਾ ਚਾਹੁੰਦਾ, ਤੁਸੀਂ ਦੇਖਿਆ ਨਹੀਂ ਹੋ, ਤੁਸੀਂ ਅੱਜ ਦੇ ਹਾਲਾਤ ਦਾ ਪਤਾ ਵੀ ਹੈ, ਉਹ ਸਭ ਕੁਝ ਹੋਣ ਦੇ ਬਾਵਜੂਦ ਮੈਂ ਮੇਰੇ ਪੂਰੇ ਪਰਿਵਾਰ ਦੇ ਲੋਕ ਇਸ ਮੁਨਾਵਰ ਖੇਤਰ ਕੇ ਹੈ, ਉਹ ਇਹ ਮੇਰਾ ਆਪਣਾ ਇਲਾਕਾ ਹੈ, ਇਸ ਸਰਹੱਦੀ ਇਲਾਕੋ ਕੀ ਆਪਣੀ ਮਿੱਟੀ ਹੈ, ਉਨਕਾ ਆਸ਼ੀਰਵਾਦ ਲੈਣੇ ਕੇ ਲੀਏ, ਬਜ਼ੁਰਗੋ ਕਾ ਆਸ਼ੀਰਵਾਦ ਲੈਣੇ ਕੇ ਲੀਏ, ਤਬ ਮੈਂ ਇਸ ਮਿੱਟੀ ਮੇ ਯਹਾਂ ਪੇ ਤਾਰਾ ਚੰਦ ਜੀ ਕੇ ਮਾਧਿਅਮ ਸੇ ਆਪ ਲੋਗੋ ਕੇ ਸਾਥ ਸੰਬੋਧਿਤ ਕਰਤੇ ਹੋਏ ਸਮਰਥਨ ਕੀ ਅਪੀਲ ਕਰਨੇ ਕੇ ਲੀਏ ਆਇਆ ਹੂੰ, ਕਿ ਆਪ ਸਾਰੇ ਸਾਥੀ, ਆਪਕੇ ਇਸ ਇਲਾਕੇ ਕੇ ਰਹਿਣੇ ਵਾਲਾ ਆਦਮੀ ਮੈਦਾਨ ਮੇ ਹੈ, ਜੋ ਰਿਫਿਊਜੀਓ ਕੀ ਤੜਪ ਕੋ ਅੱਛੇ ਢੰਗ ਸੇ ਸਮਝਤਾ ਹੈ, ਜੋ ਬਾਰਡਰ ਕੇ ਰਹਿਣੇ ਵਾਲੇ ਲੋਗੋ ਕੀ ਤੜਪ ਅੱਛੇ ਢੰਗ ਸੇ ਸਮਝਤਾ ਹੈ, ਕਿ ਕਬ ਗੋਲੀ ਬਾਰੀ ਬੰਬ ਧਮਾਕੋ ਕੀ ਆਵਾਜ਼ੋ ਸੇ ਘਰੋਂ ਮੇ ਰਹਿਣਾ ਮੁਸ਼ਕਲ ਥਾ, ਮੈਂ ਸਮਝਦਾ ਹੂੰ ਕਿ ਆਜ ਮੋਦੀ ਜੋ ਨਹੀਂ ਕਰ ਪਾਇਆ ਤਾਰਾ ਚੰਦ ਜੀ ਨੇ ਕਰਕੇ ਦਿਖਾਇਆ ਸੀ, ਆਪ ਦੋਨੋਂ ਕੀ ਤੁਲਨਾ ਕਰੋ ਕਿ ਤਾਕਤ ਕਿਸਕੇ ਪਾਸ ਹੈ, ਇੱਕ ਵੋ ਤਾਰਾ ਚੰਦ ਜੀ ਜਿਹਨੇ ਲੋਕੋ ਸੇ ਵਾਅਦਾ ਕੀਆ ਥਾ ਕਿ ਆਪਕੋ ਸੇਫਰ ਪਲੇਸਿਸ ਮੇ ਜਗ੍ਹਾ ਦੂੰਗਾ, ਉਹਨੇ ਦੇਵਪੁਰ ਮੇ ਕਰਕੇ ਦਿਖਾਇਆ, ਇੱਕ ਵੋ ਜੁਮਲੇਬਾਜ਼ ਨੇਤਾ ਪਾਂਚ ਵਰਲੇ ਬਰੂੰਦੀ ਕਮਿਊਨਿਟੀ ਉਹ ਸਾਰਾ ਪੂਰੇ ਪੈਟਰਨ ਮੇ ਬੰਕਰ ਬਣਾਨੇ ਕਹਾਂ ਪੇ ਉਹ ਚੀਜ਼ ਥੀ, ਮੈਂ ਸਮਝਦਾ ਹੂੰ ਤਾਰਾ ਚੰਦ ਜੈਸੀ ਸ਼ਖਸੀਅਤ ਜਿਹਨੇ ਪੁਲੋਂ ਕੀ ਬੋਛਾਰ ਲਗਾ ਦੀ, ਕਰੋੜੋਂ ਰੁਪਏ ਲਗਾ ਕੇ ਯਹਾਂ ਪੇ ਹਰ ਇੱਕ ਕੀ ਕਨੈਕਟੀਵਿਟੀ ਯਹਾਂ ਪੇ ਦੀ, ਇਹ ਵਿਕਾਸ ਹੈ, ਜਹਾਂ ਪੇ ਸਕੂਲ ਜਾਣੇ ਵਾਲੇ ਬੱਚੇ ਤਾਲੀਮ ਕੇ ਲੀਏ ਤਰਸਦੇ ਥੇ, ਬੜੇ ਬੜੇ ਸਕੂਲੋਂ ਕਾ ਲੈਵਲ ਦਰਜਾ ਬੜਾ ਦੀਆ, ਮਿਡਲ ਸੇ ਪ੍ਰਾਇਮਰੀ, ਪ੍ਰਾਇਮਰੀ ਪ੍ਰਾਇਮਰੀ ਸੇ ਮਿਡਲ, ਮਿਡਲ ਸੇ ਹਾਇਰ ਸੈਕੰਡਰੀ ਸਕੂਲ, ਡਿਸਪੈਂਸਰੀ ਲੜ ਕੇ ਤਹਿਸੀਲ ਹੈਡਕੁਆਟਰ ਨਹੀਂ ਬਣਾਉਣੇ, ਨਿਆਬਤ ਨਹੀਂ ਬਣਾਉਣੀ, ਮੈਂ ਰੈਵਨਿਊ ਮਿਨਿਸਟਰ ਸਾਹਿਬ, ਇਹ ਉਨਕਾ ਹਰ ਵਕਤ ਇਸ ਚੀਜ਼ ਕੋ ਕਹਿਣਾ ਕਿ ਮੇਰੇ ਇਲਾਕੇ ਕੇ ਲੋਗੋ ਕੋ ਛੋਟਾ ਵੀ ਕਾਮ ਪੜੇ ਡੀਸੀ ਜੰਮੂ ਦਫ਼ਤਰ ਕੇ ਜਾਣਾ ਪੜੇ, ਆਜ ਕਹਾਂ ਹੈ, ਆਜ ਰਾਹਤ ਦੀ ਹੈ ਤੋ ਕਾਂਗਰਸ ਕੇ ਲੋਗੋ ਨੇ ਦੀ ਹੈ, ਤਾਰਾ ਚੰਦ ਜੀ ਨੇ ਦੀ ਹੈ, ਕਿ ਆਜ ਡਿਗਰੀ ਕਾਲਜ ਹੋ, ਲੋਗੋ ਕੋ ਡੋਰ ਸਟੈਪ ਪੇ ਮਦਦ ਮਿਲੇ, ਨਿਆਬਤੇ ਖੁੱਲੀ ਹੋ, ਜ਼ਮੀਨ ਸੰਬੰਧੀ ਕਾਮ ਹੋ, ਯਹਾਂ ਪੇ ਕਾਮ ਕਰੇ, ਇਸ ਦਿਨ ਜੈਸੇ ਲੋਕ ਯਹਾਂ ਪੇ ਬੈਠੇ ਹੈ, ਤੋ ਇਹ ਦਰਸਾਤਾ ਥਾ ਕਿ ਇਹ ਆਸਾਨੀ ਸੇ ਨਹੀਂ ਹੁਆ, ਲੇਕਿਨ ਕਾਮ ਕਰਨੇ ਕੀ ਹਿੰਮਤ, ਇਹ ਪੋਲੀਟੀਕਲ ਵਿਲ ਕੀ, ਕਿ ਜਿਸ ਕੇ ਕਾਰਨ ਰਾਸਤੇ ਆਸਾਨ ਹੋ ਗਏ, ਕਿ ਹਾਥ ਕੇ ਆਗੇ ਬਟਨ ਦਬਾ ਕੇ ਹਮ ਤਮਾਮ ਨਫ਼ਰਤ ਕੀ ਦੀਵਾਰੋਂ ਕੋ ਗਿਰਾ ਦੇਂਗੇ ਔਰ ਹਿੰਦੁਸਤਾਨ ਕੇ ਲਈ ਰਾਸਤਾ ਸਾਫ਼ ਕਰ ਦੇਂਗੇ, ਇਸਕਾ ਨੇਤ੍ਰਤਵ ਰਾਹੁਲ ਗਾਂਧੀ ਜੀ ਕਰੇਂਗੇ, ਪ੍ਰਿਯੰਕਾ ਜੀ ਮੈਦਾਨ ਮੇ ਹੈ, ਆਜ ਦੋਨੋ ਭਾਈ ਬਹਿਣ ਅਗਰ ਅਕੇਲੇ ਮੈਦਾਨ ਮੇ ਉਨ ਤਾਕਤੋਂ ਸੇ ਲੜਨੇ ਕੇ ਲੀਏ ਜਾਨ ਕੀ ਬਾਜ਼ੀ ਲਗਾਤੇ ਹੋਏ ਮੈਦਾਨ ਮੇ ਹੈ, ਹਮ ਸਰਹੱਦੋਂ ਪੇ ਰਹਿਣੇ ਵਾਲੇ ਲੋਕ ਜੰਮੂ ਕਸ਼ਮੀਰ ਕੇ ਸਾਥ ਉਨਕਾ ਜ਼ਾਤੀ ਲਗਾਵ ਥਾ, ਕਿਉਂਕਿ ਇੰਦਰਾ ਗਾਂਧੀ ਜੀ ਕੋ ਕਸ਼ਮੀਰ ਕੀ ਬੇਟੀ ਕਹਾ ਜਾਤਾ ਥਾ, ਔਰ ਇਨਕੀ ਰੂਟਸ ਕਸ਼ਮੀਰੀ ਪੰਡਤ ਕਮਿਊਨਿਟੀ ਸੇ ਹੈ ਜੋ ਜੰਮੂ ਕਸ਼ਮੀਰ ਸੇ, ਆਜ ਦੋਨੇ ਸਾਥੀ ਕਾਂਗਰਸ ਕਾ ਸਫਾਈ ਹੋਣੇ ਕੇ ਨਾਤੇ ਜਹਾਂ ਪੇ ਵੀ ਪਾਰਟੀ ਕਾ ਆਦੇਸ਼ ਹੁਆ ਆਪਣੇ ਸਰ ਝੁਕਾ ਕੇ ਉਸਕੋ ਕਬੂਲ ਕੀਆ, ਔਰ ਮੈਂ ਆਪਕੋ ਦਾਵੇ ਸੇ ਕਹਿ ਸਕਤਾ ਹੂੰ ਯੇ ਜੰਮੂ ਪੂੰਛ ਕੀ ਲੋਕ ਸਭਾ ਕੀ ਸੀਟ ਕਾਂਗਰਸ ਕੇ ਹਾਥੋਂ ਸੁਰੱਖਿਅਤ ਹੈ, ਮੋਦੀ ਛੋੜ ਕੇ ਕੋਈ ਵੀ ਐਸੇ ਕੋਈ ਕੋੜਾ ਨਹੀਂ, ਕਿਉਂਕਿ ਪੂੰਛ ਰਜੌਰੀ ਕੇ ਲੋਕੋ ਕਾ ਜੋ ਫੈਸਲਾ, ਨੌਜਵਾਨੋ ਕਾ ਫੈਸਲਾ,
जो 2000 करोड़ रुपए को नौकरियों को लेके आज 5 साल के बाद 10 करोड़ नौकरियों का हिसाब बनता था, आज मोदी साहब उनको पकौड़े बनाने की बात बताएं तो नौजवानों के दिलों में भी ठेस पहुंची है।